ਸਸਰੀਕਾਲ ਦੋਸਤੋ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਮੈਂ ਵੀਰੋ ਮੈਸਮਪੁਰ ਜਿਹੜਾ ਆਪਣੇ ਵੀਰ ਹਰਵਿੰਦਰ ਸਿੰਘ ਥਿੰਦ ਨੇ ਪਨੀਰੀ ਬੀਜੀ ਹੋਈ ਉੱਥੇ ਖੜੇ ਆ ਸੋ ਸਾਡੇ ਇੱਕ ਸਾਥੀ ਹਰਿਆਣੇ ਤੋਂ ਪਨੀਰੀ ਲੈਣ ਵਾਸਤੇ ਆਏ ਆ ਫਤਿਹਬਾਦ ਤੋਂ ਸੋ ਆਪਣਾ ਨਾਮ ਦੱਸੋ ਹਾਂਜੀ ਸਾਰਿਆਂ ਨੂੰ ਸਭ ਪਹਿਲਾਂ ਸਸਰੀਕਾਲ ਜੀ ਆਪਣਾ ਨਾਮ ਅਮਰੀਕ ਸਿੰਘ ਹੈ ਜੀ ਫਤਿਹਬਾਦ ਜ਼ਿਲ੍ਹੇ ਤੋਂ ਬਿਰੜਾਣਾ ਪਿੰਡ ਹੈ ਉਥੋਂ ਪਨੀਰੀ ਲੈਣ ਆਏ ਹੋਏ ਆ ਅਸੀਂ ਤੇ ਕਿੰਨੀ ਡਿਸਟੈਂਸ ਹੈ ਇਹ ਆਪਣੀ ਇੱਥੋਂ 200 ਕਿਲੋਮੀਟਰ 200 ਕਿਲੋਮੀਟਰ ਸੋ ਇਹ ਵੀਰ ਆਪਣਾ 200 ਕਿਲੋਮੀਟਰ ਤੋਂ ਜੋ ਹੱਡ ਨੇ ਮਾਰ ਮਾਰੀ ਹੈ ਦੇਖੋ ਪਨੀਰੀ ਦੀ ਇੰਨੀ ਕਿਲਤ ਹੋ ਗਈ ਆ ਵੀ 200 ਕਿਲੋਮੀਟਰ ਚੱਲ ਕੇ ਵੀਰ ਆਪਣਾ ਪਨੀਰੀ ਪੱਟਣ ਆਇਆ ਸੋ ਕਾਫੀ ਇਹਨਾਂ ਨੇ 10 ਮੇਰੇ ਹਿਸਾਬ ਨਾਲ 12 ਜਲੇਬਰ ਲੱਗੀ ਹੋਈ ਹੈ ਤੇ ਕਿੰਨੀ ਕਿ ਪਨੀਰੀ ਭਾਈ ਤੁਹਾਨੂੰ ਚਾਹੀਦੀ ਆ ਆਪਾਂ ਨੂੰ 15 ਏਕੜਾਂ ਦੀ ਚਾਹੀਦੀ ਠੀਕ ਹੈ ਤੇ ਬਿਲਕੁਲ ਜਿਵੇਂ ਵੀਰ ਨੇ ਐਲਾਨ ਕੀਤਾ ਸੀ ਬਿਲਕੁਲ ਫ੍ਰੀ ਆਫ ਕੋਸਟ ਪਨੀਰੀ ਤੁਹਾਨੂੰ ਕੋਈ ਚਾਰਜ ਨਹੀਂ ਠੀਕ ਭਾਈ ਬਹੁਤ ਸਾਥ ਦੇ ਰਹੇ ਆ ਤੁਹਾਨੂੰ ਇਹ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜੀ ਹੜ ਨੇ ਕਰੋਪੀ ਆਈ ਆ ਔਰ ਜਿਵੇਂ ਜਿਵੇਂ ਦੋਸਤ ਮਿੱਤਰ ਆਪਣੀ ਹੈਲਪ ਕਰ ਰਹੇ ਕੀ ਕਹਿਣਾ ਚਾਹੋਗੇ ਇੱਥੇ ਅਸੀਂ ਕਹਿੰਦਾ ਪਹਿਲਾਂ ਤਾਂ ਤੁਹਾਡਾ ਬਹੁਤ ਬਹੁ ਸਾਰੇ ਭਾਈਆਂ ਨੂੰ ਇਹ ਰਿਕੁਐਸਟ ਵੀ ਆਵਣ ਆਪਦੀ ਪਨੀਰੀ ਲੈ ਜਾਣ ਜਿੰਨਾ ਜਿੰਨਾ ਦੇ ਹੜਪੀੜ ਜਿੰਨਾ ਪਰੇਸ਼ਾਨ ਨੇ ਜਿਨ੍ਹਾਂ ਨੂੰ ਪਨੀਰੀ ਨਹੀਂ ਮਿਲਦੀ ਉਹ ਇਥੋਂ ਲੈ ਜਾ ਸਕਦੇ ਨੇ ਬਿਲਕੁਲ ਫ੍ਰੀ ਸੋ ਦੋਸਤੋ ਜਿਵੇਂ ਵੀਰ ਨੇ ਤੁਹਾਨੂੰ ਦੱਸਿਆ ਬਿਲਕੁਲ ਫ੍ਰੀ ਆਫ ਕਾਸਟ ਬਿਨਾ ਕਿਸੇ ਚਾਰਜ ਤੋਂ ਪਨੀਰੀ ਦਿੱਤੀ ਜਾ ਰਹੀ ਹੈ ਸੋ ਪਨੀਰੀ ਦਾ ਲੰਗਰ ਚੱਲ ਰਿਹਾ ਔਰ ਕੱਲ ਤੋਂ ਅਸੀਂ ਇਹਨੂੰ 5 ਤਰੀਕ ਤੋਂ ਬਿਲਕੁਲ ਸਟਾਰਟ ਕਰ ਰਹੇ ਹਾਂ 5 ਅਗਸਤ 2023 ਕੱਲ ਸਵੇਰੇ 8 ਵਜੇ ਤੋਂ ਜਿਹੜੇ ਮਰਜੀ ਸਾਥੀ ਜਿਹੜੇ ਇਸ ਵੀਡੀਓ ਨੂੰ ਦੇਖਦੇ ਔਰ ਜਿਹੜੇ ਹੜਪੀੜ ਤਾਂ ਇਹ ਪਨੀਰੀ ਲੈ ਜਾ ਸਕਦੇ ਆ ਸੋ ਹਰਵਿੰਦਰ ਸਿੰਘ ਉਹਨਾਂ ਦੀ ਸਿਹਤ ਥੋ ਤੇ ਥੋੜੀ ਜਿਹੀ ਸਰਜਰੀ ਹੋਈ ਹੈ ਉਹਨਾਂ ਦੀ ਸੋ ਉਹਨਾਂ ਦਾ ਬੇਟਾ ਮੇਰੇ ਨਾਲ ਇਨੇ ਇਹ ਹੀ ਵੀਡੀਓ ਬਣਾ ਰਿਹਾ ਸੋ ਮੈਂ ਫਿਰ ਬੇਨਤੀ ਕਰਦਾ ਦਿਲੋਂ ਕਿ ਜਿਹੜੇ ਜਿਹੜੇ ਦੋਸਤਾਂ ਨੂੰ ਜਿਨ੍ਹਾਂ ਦੀ ਪਨੀਰੀ ਜਾਂ ਝੋਨਾ ਖਰਾਬ ਹੋ ਗਿਆ ਹੜ੍ਹ ਕਰਕੇ ਉਹ ਪਿੰਡ ਮੈਸਨਪੁਰ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਲੋਕੇਸ਼ਨ ਆਪਾਂ WhatsApp ਉੱਪਰ ਦੇ ਦੇਵਾਂਗੇ ਮੇਰਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9417446668 ਇਹ ਸਾਰੇ ਨੰਬਰ ਆਪਾਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੇਵਾਂਗੇ ਸੋ ਕਿਸੇ ਨੂੰ ਵੀ ਲੋੜ ਹੋਵੇ 24 ਘੰਟੇ ਮੇਰਾ ਫੋਨ ਚਾਲੂ ਰਹੂਗਾ ਜਦੋਂ ਮਰਜ਼ੀ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਿਉਂਕਿ ਹਰਵਿੰਦਰ ਸਿੰਘ ਦੀ ਸੇ ਥੋੜੀ ਠੀਕ ਨਹੀਂ ਉਹ ਫੋਨ ਨਹੀਂ ਚੱਕ ਸਕਦਾ ਵੀਰ ਸੋ ਇਹ ਹੋਰ ਵੀ ਨੰਬਰ ਮੈਂ ਇਹਨਾਂ ਦੇ ਬੇਟੇ ਦਾ ਸ਼ੇਅਰ ਕਰ ਦੂੰਗਾ ਤੁਸੀਂ ਜਦੋਂ ਮਰਜ਼ੀ ਮੈਨੂੰ 24 ਘੰਟੇ ਰਾਤ ਨੂੰ ਵੀ ਫੋਨ ਕਰ ਸਕਦੇ ਹੋ ਕਿਸੇ ਨੂੰ ਲੋੜ ਹੋਵੇ ਸੋ ਇਹਨਾਂ ਬੇਨਤੀਆਂ ਦੇ ਨਾਲ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੇ ਵੀਰ ਨੇ ਮਿਹਨਤ ਕੀਤੀ ਹੈ ਇਹ ਝੋਨੇ ਦੀ ਪਨੀਰੀ ਦੇਖੋ ਹਰਿਆਣੇ ਤੱਕ ਜਾ ਰਹੀ ਹੈ ਸੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਥਾਵਾਂ ਤੇ ਜਾਊਗੀ ਜਿੱਥੇ-ਜਿੱਥੇ ਲੋੜ ਹੈ ਸੋ ਜਿਹੜੇ ਵੀ ਹੜਪੀਰ ਤੇ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ ਕੱਲ 5 ਤਰੀਕ ਤੋਂ ਲੈ ਕੇ 9 ਜਾਂ 10 ਤਰੀਕ ਤੱਕ ਇਹ ਕੰਮ ਚੱਲੂਗਾ ਕਿਉਂਕਿ ਇਹ ਦੋਸਤ ਨੇ ਪਹਿਲੀ ਇਹ ਕੋਠੇ ਤੇ ਲਈ ਹੋਈ ਹੈ ਔਰ ਇਹਨੇ ਬਾਅਦ ਚੋਂ ਨਾ ਰੋਣਾ ਇਸ ਕਰਕੇ 5-4 ਦਿਨਾਂ ਚ ਆਪਾਂ ਪ੍ਰੇਰੀ ਪਟ ਲਈਏ ਸੋ ਇਹਨਾਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ